ਓ ਭਾਈ ਜਾ, ਤੇਰੀ ਲੱਤ ਸਹੀ ਹੈ ਕਿ ਨਹੀਂ? ਓ ਭਾਈ ਮੇਰੀ ਲੱਤ ਖਰਾਬ ਹੈ, ਤੈਨੂੰ ਕਹਿ ਰਿਹਾ ਖਰਾਬ ਐ ਸਹੀ? ਓ ਭਾਈ ਤੈਨੂੰ ਕਹਿ ਖਰਾਬ ਹੈ, ਮੈਂ ਛੱਡਣ ਨੂੰ, ਮੈਂ ਤੈਨੂੰ ਤਰਾ ਕੇ ਫੋਨਾ ਦੇ ਪੜੇ ਹੋ ਆ ਵੇ ਓ ਜੀ ਆਏ ਇਧਰ ਆ ਇਧਰ ਆ ਹਾਂ ਸਹੀ ਨਾ ਲੱਤ ਤੇਰੀ ਦੱਸ ਹੁਣ ਮੂੰਹ ਵਹਾ ਸ਼ਕਲ ਦਿਖਾ ਕੈਮਰੇ 'ਚ ਤੈਨੂੰ ਕਹਿ ਰਿਹਾ ਕੈਮਰੇ ਸ਼ਕਲ ਦਿਖਾ ਤੈਨੂੰ ਮੈਂ ਥਾਣੇ ਦੇ ਦਿਆਂਗਾ 15 ਤੇ ਕਾਲ ਕਰ ਦੇਣੀ MYK ਨਿਊਜ਼ ਕੀ ਵੀਡੀਓਜ਼ ਦੇਖਨੇ ਕੇ ਲੀਏ ਹਮਾਰਾ ਚੈਨਲ ਸਬਸਕ੍ਰਾਈਬ ਕੀਜੀਏ ਔਰ ਬੈਲ ਆਈਕਨ ਕੋ ਕਲਿੱਕ ਕੀਜੀਏ ਤਾਂਕਿ ਆਪ ਹਮਾਰੀ ਆਨੇ ਵਾਲੀ ਵੀਡੀਓ ਸੇ ਬਾਖਬਰ ਰਹਿ ਸਕੇ। ਅਸਲਾਮ ਵਾਲੇਕੁਮ ਨਾਜ਼ਰੀਨ, ਮੈਂ ਤੁਹਾਡਾ ਆਪਣਾ ਹੋਸਟ ਜਮਸ਼ੇਦ ਲੋਰੀਆ, ਤੁਸੀਂ ਦੇਖਦੇ ਵਿੱਚ MYK ਨਿਊਜ਼। ਨਾਜ਼ਰੀਨ ਮੈਂ ਸਟਮ ਰਾਵੀ ਦੇ ਪੁੱਲ ਦੇ ਮੌਜੂਦ ਹਾਂ ਅਤੇ 2-3-4 ਦਿਨ ਤੋਂ ਇੱਥੇ ਮੈਂ ਲੰਘਣਾ ਪਿਆ ਵਾਂ ਅਤੇ ਇੱਥੇ ਜਿਹੜੇ ਲੰਗੜੇ ਬਣ ਕੇ ਖਲੋਤੇ ਨੇ ਕੁਛ ਸਹੀ ਨੇ ਅਤੇ ਕੁਛ ਖਰਾਬ ਵੀ ਨੇ। ਮੈਂ 4 ਦਿਨ ਤੋਂ ਇੱਕ ਬੰਦੇ ਨੂੰ ਵੇਖਣਾ ਪਿਆ ਵਾਂ, ਉਹ ਕਦੀ ਪਾਣੀ ਵੀ ਪੀਂਦਾ, ਉਹ ਸਹੀ ਹੈ ਲੇਕਿਨ ਲੰਗੜਾ ਬਣ ਕੇ ਚੀਲਾ ਗੋਸ਼ ਵੇਚ ਰਿਹਾ, ਮੰਗ ਰਿਹਾ, ਖਾ ਰਿਹਾ, ਲੋਕਾਂ ਨੂੰ ਠੱਗ ਰਿਹਾ। ਮੈਂ ਅੱਜ ਤੁਹਾਨੂੰ ਰੰਗੇ ਹੱਥ ਨੂੰ ਫੜਾਵਾਂਗਾ ਕਿ ਇਨਸਾਨੀਅਤ ਪਾਕਿਸਤਾਨ 'ਚ ਖਤਮ ਹੋ ਚੁੱਕੀ ਹੈ, ਇੰਨੇ ਬਸ਼ਰਮ ਲੋਕ ਹੋ ਗਏ ਨੇ, ਕਿਸੇ ਸਹੀ ਬੰਦੇ ਦਾ ਜਿਹੜਾ ਨਾ ਉਹ ਵੀ ਹੱਕ ਖਾ ਰਹੇ। ਆਓ ਮੇਰੇ ਨਾਲ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਤੁਹਾਨੂੰ ਇਹਦਾ ਚੋਰੀ ਵਿਜ਼ਿਟ ਵੀ ਕਰਾਵੇ, ਉਹ ਕਿੰਝ ਖਲੋਤਾ ਹੈ ਚੈੱਕ ਕਰੋ, ਕੀ ਸਟਾਈਲ ਮਾਰ ਕੇ। ਇਹ ਬਿਲਕੁਲ ਸਹੀ ਹੈ ਅਤੇ ਮੈਂ ਤੁਹਾਨੂੰ ਲਾਜ਼ਮੀ ਵਹਾਵਾਂਗਾ, ਐਨ ਮੈਂ ਇਨਸ਼ਾਅੱਲਾ ਤਾਲਾ ਉਤਰਾਵਾਂਗਾ। ਜਿੰਨੇ ਮਰਜ਼ੀ ਮੇਰੇ ਕੋਲ ਨੱਸਣ ਦੀ ਕੋਸ਼ਿਸ਼ ਕਰੇ ਜਾਂ ਜੋ ਮਰਜ਼ੀ ਕਰੇ, ਇਹਦਾ ਮੈਂ ਚਿਹਰਾ ਬੇਨਕਾਬ ਤੁਹਾਨੂੰ ਨਾਲ ਲਾਈਵ ਕਰਕੇ ਦਿਖਾਵਾਂਗਾ। ਇਹ ਵੇਖੋ ਹੁਣ ਚਾਚਾ ਜੀ ਖਲੋਤੇ ਨੇ, ਇਹਨੇ ਲੱਤ ਵਾਕੀ ਸੱਚੀ ਮੁੱਚੀ ਖਰਾਬ ਹੈ। ਜਿਹੜਾ ਅੱਗੇ ਖਲੋਤੇ ਹੈ ਇਹਨਾਂ ਗੱਲਬਾਤ ਕਰਨੇ, ਆਖਿਰਕਾਰ ਕੀ ਗੱਲਬਾਤ ਹੈ, ਸਹੀ ਹੈ ਕੀ ਹੈ? ਬੜੀ ਗੱਲ ਹੈ ਕਿ ਸਾਨੂੰ ਵੇਖੋ ਨੱਸਦਾ ਵੀ ਨਹੀਂ ਪਿਆ। ਅਸਲਾਮ ਵਾਲੇਕੁਮ ਜੀ। ਵਾਲੇਕੁਮ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਇਰਫਾਨ। ਇਰਫਾਨ ਸਾਹਿਬ ਕੀ ਕਰ ਰਹੇ ਜੀ ਇੱਥੇ ਖਲੋਤੇ? ਇਹ ਗੋਸ਼ਤ ਵੇਚ ਰਹੇ ਹਾਂ। ਚੀਜ਼ ਦਾ ਗੋਸ਼ਤ ਵੇਚਦੇ ਪਏ ਸਦਕੇ ਸੁਦਕੇ ਵਾਸਤੇ? ਨਹੀਂ, ਤੁਹਾਨੂੰ ਹੋ ਰਿਹਾ, ਬੱਕਰੇ ਦਾ ਨਜ਼ਰ ਆ ਰਿਹਾ। ਸੋਰੀ ਸਰ, ਚੀਜ਼ ਦਾ ਗੋਸ਼ਤ ਹੈ ਯਾਨੀ? ਹਾਂਜੀ, ਇਹ ਚੀਲਾਂ ਦਾ ਗੋਸ਼ਤ ਹੈ। ਲੱਤ ਭਾਈ ਕੀ ਹੋਇਆ ਤੁਹਾਡੀ? ਐਕਸੀਡੈਂਟ ਹੋਇਆ ਸੀ ਮੋਟਰਸਾਈਕਲ 'ਤੇ। ਕਿੰਨੇ ਸਾਲ ਤੋਂ ਉੱਥੇ ਰਾਵੀ ਦੇ ਪੁੱਲ 'ਤੇ ਖਲੋ ਕੇ ਗੋਸ਼ਤ ਵੇਚਦੇ ਪਏ? 3-4 ਸਾਲ ਹੋ ਗਏ ਨੇ। ਇਹ ਐਕਸੀਡੈਂਟ ਤੁਹਾਡਾ ਕਿਸ ਤਰ੍ਹਾਂ ਆਇਆ ਜੀ? ਸਰ ਮੋਟਰਸਾਈਕਲ ਵਾਲਾ ਇੱਥੇ ਖਲੋਤੇ ਹੀ ਮਾਰ ਗਿਆ ਜੀ। ਸਹੀ ਖਲੋਤੇ ਮਾਰ? ਹਾਂਜੀ। ਉਹ ਸਹੀ ਵੀ ਜਦੋਂ ਤੁਸੀਂ ਸਹੀ ਸੀ ਉਹਦਾ ਵੀ ਇੱਕ ਚੀਲਾ ਗੋਸ਼ਤ ਵੇਚਦੇ? ਹਾਂਜੀ। 2 ਸਾਲ ਹੋ ਗਏ? 4 ਸਾਲ ਹੋ ਗਏ ਨੇ। ਇੱਥੇ ਹੋਰ ਵੀ ਲੋਕ ਖਲੋਤੇ ਨੇ ਅਤੇ ਮੈਂ ਕਿਹਾ ਪਹਿਲਾਂ ਭਾਈ ਨਾਲ ਗੱਲ ਕਰੀ, ਯੰਗ ਹੈਗੇ ਨੇ, ਗੋਸ਼ਤ ਚੀਲਾ ਵੇਚਦੇ ਵੀ ਕਿੰਨਾ ਕਮਾ ਲੈਂਦੇ? ਉਹ ਜਾ ਯਾਰ, ਕੰਮ ਕਰ ਜਾ। ਨਹੀਂ, ਮੈਨੂੰ ਦੱਸੋ ਨਾ। ਓ ਭਾਈ ਕੰਮ ਕਰ, ਡਿੱਗਣਾ ਜਾਣਾ, ਡਿੱਗਣਾ ਜਾਣਾ। ਆਹੋ ਤੇ ਭਾਈ ਤੂੰ ਤੰਗ ਕਰੇਗਾ ਤੇ ਮੈਂ ਡਿੱਗਣਾ ਹੀ ਹੈ ਯਾਰ। ਮੈਂ ਕੀ ਤੰਗ ਕਰ ਰਿਹਾ ਵਾਂ, ਤੂੰ ਤੇ ਲੜਨਾ, ਮੈਂ ਤੇਰੀ ਲੱਤ ਟੁੱਟੀ ਤੇ ਤੂੰ ਮੈਨੂੰ ਤੰਗ ਕਰਨਾ? ਓਏ ਆਹੋ ਤੇ ਜਾ, ਬਾਕੀ ਵੀ ਤੈਨੂੰ ਵੇਖੇ ਨੱਸਦੇ ਪਏ ਨੇ। ਓ ਭਾਈ ਯਾਰ, ਕੀ ਲੈਣਾ ਤੁਸੀਂ? ਮੇਰਾ ਚਿਹਰਾ ਲੋਕਾਂ ਨੂੰ ਵਹਾਣਾ ਚਾਹੁੰਦਾ, ਤੇਰਾ ਕੈਮਰਾ ਵਾਲ ਤੇਰਾ ਮੂੰਹ ਕਰ ਤੇਰਾ। ਓ ਭਾਈ ਜਾ, ਤੇਰੀ ਲੱਤ ਸਹੀ ਹੈ ਕਿ ਨਹੀਂ? ਓ ਭਾਈ ਮੇਰੀ ਲੱਤ ਖਰਾਬ ਹੈ, ਤੈਨੂੰ ਕਹਿ ਰਿਹਾ ਖਰਾਬ ਐ ਸਹੀ? ਓ ਭਾਈ ਤੈਨੂੰ ਕਹਿ ਖਰਾਬ ਹੈ? ਮੈਂ 4 ਦਿਨ ਤੋਂ ਤੈਨੂੰ ਟਾਈਮ ਚੁੱਕ ਰਿਹਾ, ਮੈਂ ਤੈਨੂੰ ਦੇਖਣਾ ਵੀ ਤੇਰੀ ਲੱਤ ਬਿਲਕੁਲ ਠੀਕ ਹੈਗੀ ਹੈ। ਮੈਂ ਤੈਨੂੰ ਆਪਣੀ ਆਡੀਅੰਸ ਤੇ ਮੈਂ ਤੇਰੇ ਉਹਨਾਂ ਸਾਹਮਣੇ ਤੁਰਾ ਕੇ ਵਹਾਵਾਂਗਾ ਤੈਨੂੰ। ਓ ਭਾਈ ਖਾਣਾ ਕਸਮ ਐਸੀ ਤੋਂ ਕਦੇ ਲੱਤ ਠੀਕ ਭਾਈ, ਜਦੋਂ ਤੂੰ ਟਰਾ ਕੇ ਦਿਖਾਏਗਾ ਉਦੋਂ ਦੀਆਂ ਗੱਲਾਂ ਇੱਧਰੋ। ਨਹੀਂ ਇੱਧਰ ਕਿੱਧਰੋ, ਸਕੂਨ ਰੱਖ ਪਠੇ ਹੋ। ਤੇਰੀ ਲੱਤ ਖਰਾਬ ਹੈ ਨਾ, ਤੈਨੂੰ ਮੈਂ ਚਲਾ ਕੇ ਵਹਾਵਾਂਗਾ। ਤੇਰੀ ਲੱਤ ਖਰਾਬ ਨਹੀਂ, ਸਹੀ ਡਰਾਮੇਬਾਜ਼ੀਆਂ ਕਰਨਾ ਪਿਆ ਯਾਰ। ਐ ਸਹੀ ਹੈ ਤੇ ਲੱਤ? ਤੇਰੀ ਲੱਤ ਸਹੀ ਹੈ? ਓ ਯਾਰ ਜਾਣਦੇ ਆ, ਐ ਵੇ ਮੈਂ ਤੈਨੂੰ ਤਰਾ ਕੇ ਵਹਾਉਣਾ, ਛੱਡ ਦੇ ਇਹਨੂੰ, ਛੱਡ ਨਾ। ਓ ਭਾਈ ਤੈਨੂੰ ਕਹਿ ਰਿਹਾ, ਛੱਡ ਇਹਨੂੰ, ਛੱਡ ਇਹਨੂੰ, ਛੱਡ ਇਹਨੂੰ, ਮੈਂ ਤੈਨੂੰ ਤਰਾ ਕੇ ਵਹਾਉਣਾ। ਪੜੇ ਹੋ ਐ ਵੇ ਇੱਧਰ ਆ, ਇੱਧਰ ਆ। ਹਾਂ ਸਹੀ ਨਾ ਲੱਤ ਤੇਰੀ ਦੱਸ ਹੁਣ, ਲੱਤ ਸਹੀ ਨਾ? ਓਏ ਯਾਰ ਸ਼ਰਮ ਨਹੀਂ ਆਉਂਦੀ ਤੈਨੂੰ? ਓਏ ਯਾਰ ਕਾਦੀ ਸ਼ਰਮ? ਸ਼ਰਮ ਨਹੀਂ ਆਉਂਦੀ ਤੈਨੂੰ? ਓ ਕਾਦੀ ਸ਼ਰਮ? ਦੱਸ ਨਾ ਮੈਨੂੰ, ਇੱਧਰ ਆ ਹੁਣ, ਗੱਲ ਸੁਣਨਾ ਮੇਰੀ, ਦੱਸ ਨਾ ਕਿੱਸਾ ਸਹੀ ਹੈ। ਓ ਉਹਨਾਂ ਲੋਕਾਂ ਦਾ ਵੀ ਹੱਕ ਖਾਂਦਾ ਮੈਂ ਸਹੀ ਬੰਦਾ ਹੈ? ਓ ਯਾਰ ਜਾਣਦੇ ਲੋਕਾਂ ਦੇ ਹੱਕ ਆ ਰਹੇ। ਓ ਭਾਈ ਵੇਖਣ ਡੇ ਹੀ, ਵੇਖੀ ਜਾਵੇ ਇੱਧਰ ਆ, ਇੱਧਰ ਆ, ਇੱਧਰ ਆਓ।
ਉਹ ਵੀ ਨੱਸ ਗਏ ਸਾਰੇ, ਉਹ ਮੇਰੇ ਨਾਲ ਗੱਤ ਹੋ ਗਏ ਨੇ ਨਾ, ਕੀ ਹੈ ਤੇਰਾ ਇਹ ਸਹੀ ਗੱਲ ਨਾਜ਼ਰੀਨ ਇਹ ਵੇਖੋ ਇਹ ਸਹੀ ਗੋਸ਼ਤ ਵਾਲਾ, ਕਿੱਥੋਂ ਆਇਆ ਕਿੱਥੋਂ ਆਇਆ ਤੂੰ, ਸ਼ਰਮ ਹੀ ਆਣੀ ਕਿ ਤੈਨੂੰ ਕਿ ਥੋੜੀ ਜੀ ਵੀ ਇਹ ਮੂੰਹ ਕੀ ਲਪੇਟ ਰਵੇ ਛੱਡ ਇਹਨੂੰ ਖੋਲ ਇਹਨੂੰ ਕਿੱਧਰ ਪਰੇ ਹੋਈ ਜਾਵਾਂ, ਸਹੀ ਬੰਦਿਆਂ ਦੇ ਵੀ ਹੱਕ ਖਾਂਦੇ ਤੁਸੀਂ, ਹੈ ਸਹੀ ਬੰਦਿਆਂ ਦੇ ਹੱਕ ਖਾਂਦੇ ਪਏ ਜੇ ਆਇਆ ਜਾਣਦੇ ਆ, ਨਹੀਂ ਤੈਨੂੰ ਸ਼ਰਮ ਹੀ ਆਣੀ ਗੀ, ਵਿਸਾਖੀਆਂ ਬਾਰੇ ਖਲੋਤੇ ਆ, ਚੰਗਾ ਭਲਾ ਹੱਟਾ ਕੱਟਿਆ ਮੈਂ ਤੈਨੂੰ 4 ਦਿਨ ਤੋਂ ਵੇਖਣਾ ਪਿਆ, ਅੱਛਾ ਚੱਲ ਜਾਣਦੇ ਆ, ਕਿੱਥੇ ਜਾਣਦੇ ਆ, ਓਏ ਤਮਾਸ਼ਾ ਲੱਗ ਗਿਆ ਜਾਣਦੇ, ਤਮਾਸ਼ਾ ਲੱਗਣ ਦਾ ਸਹੀ ਬੰਦੇ ਦਾ ਹੱਕ ਆਣਾ ਤੈਨੂੰ, ਸ਼ਰਮ ਨਹੀਂ ਆਉਂਦੀ ਤੈਨੂੰ, ਓਏ ਆ ਚੱਲ ਜਾਣਦੇ, ਹੈ ਹੈਗਾ ਕਿੱਥੋਂ ਤੁਹਾਨੂੰ, ਮੈਂ ਥੱਲੇ ਰਹਿਣਾ ਥੱਲੇ ਰਾਵੀ ਝੁੱਗੀਆਂ 'ਚ ਰਹਿਣਾ, ਆਹੋ ਝੁੱਗੀਆਂ 'ਚ ਰਹਿਣਾ, ਇਹ ਕਿੱਥੋਂ ਦੇ ਗੋਸ਼ਤ ਹੈ ਉੱਥੋਂ ਬੱਕਰ ਮੰਡੀ, ਤੂੰ ਹੱਡਾ ਕੱਢਿਆ ਜ਼ਿੰਦਾ ਲਾਸ਼, ਕੋਈ ਕੰਮ ਕਰ, ਵਿਸਾਖੀਆਂ ਪੜ ਕੇ ਮੰਗਣਾ ਤੂੰ ਸ਼ੁਰੂ ਕੀਤਾ ਯਾਰ, ਤੇਰਾ ਮਨ ਨਹੀਂ ਯਾਰ ਜਾਣਦੇ ਯਾਰ, ਕਿੱਥੇ ਜਾਣਦੇ ਆ ਦੱਸ ਰਿਹਾ ਮੈਨੂੰ, ਆ ਚੱਲ ਜਾਣਦੇ, ਇਹਦਾ ਕੀ ਹਾਲ ਹੈ ਜੀ ਦੱਸੋ ਤੁਸੀਂ, ਰਾਵੀ ਦੇ ਤੋੜ ਰਾਵੀ ਦੇ ਤੋੜ ਦਾ ਇਹੀ ਹਾਲ ਹੈ, ਇਹਨੂੰ ਤੇ ਪੁੱਠਾ ਲਮਕਾਉਂ, ਕੋਈ ਗੈਰਤ ਹੋਣੀ ਚਾਹੀਦੀ ਉਧਰ ਯਾਦ ਰਾ ਤੇ ਜਗ੍ਹਾ ਤੇ ਯਾਦ ਰਾ, ਇਹਨੂੰ ਕਾਲ ਕਰੋ ਬਾਜੀ 15 ਤੇ ਕਾਲ ਕਰਨੇ ਆ, ਇਹ ਕਿੰਨੇ ਅਰਸੇ ਤੋਂ ਵੇਚਣਾ ਵੀ ਇੱਥੇ ਤੂੰ, ਹੈ 4 ਸਾਲ ਤੋਂ, 4 ਸਾਲ ਤੋਂ ਅੱਜ ਵੀ ਤੇਰੇ ਨਾਲ ਨੇ, ਇਹ ਸਾਰੇ ਇੱਥੋਂ ਦੇ ਹੀ ਨੇ, ਹੈ ਇਹ ਸਾਰੇ ਇੱਥੋਂ ਦੇ ਹੀ ਨੇ, ਸਾਰੇ ਇੱਥੋਂ ਦੇ ਨੇ, ਹਾਂਜੀ, ਸ਼ਰਮ ਕਰ, ਝੂਠੀਆਂ ਵਿਸਾਖੀਆਂ ਫੜ ਕੇ ਤੂੰ ਗੋਸ਼ਤ ਵੇਚ ਰਹੇ, ਚੰਗਾ ਭਲਾ ਹੱਟਾ ਕੱਢਿਆ, ਚੱਲ ਜਾਣਦੇ ਆ, ਵਿਆਹ ਆ ਤੇਰਾ ਸ਼ਾਦੀ ਸ਼ੁਦਾ, ਆਹੋ ਯਾਰ, ਤਾਂ ਜੀ ਨਾਜ਼ਰੀਨ ਤੁਸੀਂ ਵੇਖਿਆ ਕਿ ਮੈਂ ਰਾਵੀ ਦੇ ਪੁੱਲ ਤੇ ਮੌਜੂਦ ਸੀ, ਇੱਕ ਭਾਈ ਲੰਗੜਾ ਬਣ ਕੇ ਚੀਲਾ ਗੋਸ਼ਤ ਵੇਚਦਾ ਪਿਆ ਸੀ, ਮੇਰੇ ਨਾਲ ਕਾਫੀ ਬਹਿਸ ਹੋਈ, ਦੌੜ ਲਾ ਗਏ ਨੇ, ਮੈਨੂੰ ਧਿੱਕੇ ਦਿੱਤੇ ਨੇ, ਇੱਥੇ ਇੱਕ ਕੁੜੀ ਵੀ ਮੈਂ ਦੇਖੀ ਸੀ ਉਹ ਵੀ ਵਿਸਾਖੇ ਛੱਡ ਕੇ ਦੌੜ ਲਾ ਗਈ ਹੈ, ਜਿਹੜੇ ਸਹੀ ਵਿਚਾਰੇ ਲੱਤਾਂ ਤੋਂ ਮਜ਼ਦੂਰ ਨੇ ਉਹ ਉਹਨਾਂ ਦਾ ਵੀ ਹੱਕ ਖਾਂਦੇ, ਇਹਨਾਂ ਨੂੰ ਗੈਰਤ ਸ਼ਰਮ ਬਿਲਕੁਲ ਇਹਨਾਂ ਦੀ ਮਰ ਗਈ ਹੈ, ਤੁਹਾਨੂੰ ਵੀ ਇਹੋ ਜਿਹੇ ਕਿਤੇ ਲੋਕ ਲੱਭਣ, ਚੰਨਾ ਮਾਣੀ ਜਿਹਦੀਆਂ ਇਹੋ ਲੋਕਾਂ ਨੂੰ, ਵੀਡੀਓ ਅੱਛੀ ਲੱਗੇ ਜ਼ਿਆਦਾ ਲਾਈਕ ਕਰਦੇ ਸ਼ੇਅਰ ਕਰ ਦਿਓ, ਇਹਦੇ ਨਾਲ ਜੀ ਮਿਸ਼ੇਲ ਹੋ ਰਹੀ ਨੂੰ ਇਜਾਜ਼ਤ ਅੱਲਾ ਨੇ ਕਬਾਲ।